ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲਰ ਕਿਕਸ 'ਤੇ ਤੁਹਾਡਾ ਸਵਾਗਤ ਹੈ। ਲਓ ਜੀ, ਅੱਜ ਆਪਾਂ ਪਹੁੰਚੇ ਹੈਗੇ ਜਲੰਧਰ ਹਵੇਲੀ ਕ੍ਰੋਸ ਕਰਕੇ ਈਸਟਵੁੱਡ ਵਿਲੇਜ। ਇਹ ਇੱਕ ਬਹੁਤ ਹੀ ਵਧੀਆ ਆਊਟਲੈਟ ਬਣਿਆ ਹੈਗਾ ਇੱਥੇ। ਅਤੇ ਅੱਜ ਆਪਾਂ ਪਹਿਲਾਂ ਰੰਗਲਾ ਪੰਜਾਬ ਦੇਖ ਕੇ ਆਏ ਹਾਂ, ਜਿਵੇਂ ਤੁਸੀਂ ਆਪਣਾ ਲਾਸਟ ਵਲੌਗ ਦੇਖੋਗੇ। ਅਤੇ ਜਲੰਧਰ ਆਏ ਸੀ ਤਾਂ ਫਿਰ ਆਪਾਂ ਸੋਚਿਆ ਵੀ ਈਸਟਵੁੱਡ ਵਿਲੇਜ ਵੀ ਜ਼ਰੂਰ ਦੇਖ ਕੇ ਜਾਈਏ, ਕਿਉਂਕਿ ਕਾਫੀ ਜਾਣਿਆਂ ਦੇ ਜਿਹੜੇ ਸ਼ੋਰਟਸ ਵਗੈਰਾ ਵੀ ਪਾਏ ਹੋਏ ਸੀਗੇ। ਅਤੇ ਚਲੋ ਆਪਾਂ ਅੱਗੇ ਨੂੰ ਵੱਧਦੇ ਹਾਂ। ਅਤੇ ਅੱਗੇ ਵੱਧ ਕੇ ਨਾ ਆਪਾਂ ਪਹਿਲਾਂ ਕਾਰ ਪਾਰਕਿੰਗ ਕਰੀਏ ਕਿਸੇ ਸੇਫ ਜਗ੍ਹਾ ਦੇ ਉੱਤੇ। ਲੈ ਵੀ ਲੁੱਕ ਤਾਂ ਬਿਲਕੁਲ ਯੂਰੋਪੀਅਨ ਲੁੱਕ ਬਣੀ ਹੋਈ ਆ, ਬਹੁਤ ਸੋਹਣੇ ਸੋਹਣੇ ਮਤਲਬ ਆਊਟਲੈਟਸ ਜਿਹੜੇ ਆ ਪੰਜਾਬ ਦੇ ਵਿੱਚ ਬਣਨ ਲੱਗ ਗਏ ਹੈਗੇ। ਅਤੇ ਆਪਾਂ ਨੂੰ ਇਹਦੇ ਵਿੱਚ ਇੱਕ ਗੱਲ ਇਹ ਵਧੀਆ ਹੁੰਦੀ ਆ ਵੀ ਇੱਕ ਤਾਂ ਆਪਾਂ ਨੂੰ ਪਾਰਕਿੰਗ ਬਿਲਕੁਲ ਨੇੜੇ ਮਿਲ ਜਾਂਦੀ ਹੈਗੀ, ਦੂਸਰੀ ਗੱਲ ਇਹ ਹੁੰਦੀ ਆ ਵੀ ਆਪਾਂ ਨੂੰ ਇੱਕ ਜਗ੍ਹਾ ਦੇ ਉੱਤੇ ਹੀ ਕਾਰ ਪਾਰਕ ਕਰਕੇ ਅਤੇ ਆਪਾਂ ਨੂੰ ਸਾਰੇ ਜਿਹੜੇ ਸਟੋਰ ਆ ਉਹ ਮਿਲ ਜਾਂਦੇ ਆ, ਇੱਕ ਸ਼ੋਪਿੰਗ ਮਾਲ ਦੀ ਤਰ੍ਹਾਂ। ਲਓ ਜੀ, ਤੁਹਾਨੂੰ ਹੈਪੀ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ, ਤੁਹਾਨੂੰ ਲੋਹੜੀ ਦੇ ਤਿਉਹਾਰ ਦੀਆਂ। ਅਤੇ ਆਪਾਂ ਵੀ ਬੱਚਿਆਂ ਨਾਲ ਥੋੜ੍ਹਾ ਸ਼ੁਗਲ ਮੇਲਾ ਕਰ ਲਈਏ। ਫੁਹਾਰੇ ਵਗੈਰਾ ਬਹੁਤ ਸੋਹਣੇ ਲਾਏ ਹੋਏ ਆ, ਮਤਲਬ ਜੇ ਤੁਸੀਂ ਕਹਿ ਲਓ ਤਾਂ ਇੱਕ ਜਿਹੜੇ ਮੇਨ ਖਿੱਚ ਦਾ ਕਾਰਨ ਆ ਉਹ ਇਹ ਵਾਟਰ ਸ਼ਾਵਰ ਸੀ ਤੁਸੀਂ ਕਹਿ ਲਓ ਬਣਦੇ ਹੈਗੇ ਫੁਹਾਰੇ ਜਿਹੜੇ ਹੈਗੇ ਫੌਂਟੇਨਸ। ਬੱਚਿਆਂ ਦੇ ਇੰਜੋਏ ਕਰਨ ਨੂੰ ਵੀ ਛੋਟੇ ਛੋਟੇ ਕਾਫੀ ਚੀਜ਼ਾਂ ਨੇ। ਖੈਰ ਪਿਛਲੇ ਪਾਸੇ ਹੋਰ ਵੀ ਵੱਡੇ ਮਤਲਬ ਝੂਲੇ ਵਗੈਰਾ ਹੈਗੇ ਆ, ਆਪਾਂ ਉਹ ਵੀ ਦੇਖ ਕੇ ਆਵਾਂਗੇ, ਇੰਜੋਏ ਕਰਕੇ ਆਵਾਂਗੇ ਉੱਥੇ ਜਾ ਕੇ ਵੀ। ਲੋਹੜੀ ਦਾ ਤਿਉਹਾਰ ਕਰਕੇ ਨਾ ਕਾਫੀ ਜਗ੍ਹਾ ਦੇ ਉੱਤੇ ਸੈਲਫੀ ਸਟੈਂਡ ਬਣੇ ਹੋਏ ਆ, ਮਤਲਬ ਕਾਫੀ ਜਗ੍ਹਾ ਜਿਹੜੀ ਹੈਗੀ ਆ ਉਹ ਲੋਹੜੀ ਦੇ ਕਰਕੇ ਕਲਰਫੁੱਲ ਬਣਾਈ ਵੀ ਆ। ਖਾਣ ਪੀਣ ਨੂੰ ਕਾਫੀ ਕੁਝ ਬਣਾਇਆ ਗਿਆ ਜਿਵੇਂ ਮੈਂ ਦੇਖ ਰਿਹਾ ਹੈਗਾ। ਲਓ ਜੀ, ਬੱਚਿਆਂ ਦੇ ਮਨ ਭਾਉਂਦੀ ਟ੍ਰੇਨ ਵੀ ਮਿਲ ਚੁੱਕੀ ਆਪਾਂ ਨੂੰ, ਬੱਚੇ ਟ੍ਰੇਨ ਦੇ ਉੱਤੇ ਇੰਜੋਏ ਕਰਦੇ ਹੋਏ। ਲਓ ਜੀ, ਡਬਲ ਡੈਕਰ ਬੱਸ, ਕਿਆ ਬਾਤ ਆ। ਖੈਰ ਚਲੋ, ਡਬਲ ਡੈਕਰ ਬੱਸ ਦੇ ਨਾਲ ਨਾਲ ਆਪਾਂ ਦੇਖਦੇ ਹਾਂ ਵੀ ਜਿਹੜੇ ਇਹ ਆਊਟਲੈਟਸ ਹੈਗੇ, ਜਿਹੜਾ ਈਸਟਵੁੱਡ ਵਿਲੇਜ ਬਣਿਆ ਕਿੱਡਾ ਘੈਂਟ ਬਣਿਆ ਪਿਆ। ਇੱਕ ਹੋਰ ਟ੍ਰੇਨ ਸਾਹਮਣੇ ਆ ਰਹੀ ਹੈਗੀ, ਲਓ ਵੀ ਇਹਨੂੰ ਵੀ ਰਸਤਾ ਦਿਓ। ਇੱਕੋ ਰੋਡ ਦੇ ਉੱਤੇ ਡਬਲ ਡੈਕਰ ਬੱਸ 'ਤੇ ਟ੍ਰੇਨ ਚੱਲਦੀ ਪਹਿਲੀ ਵਾਰ ਵੇਖੀ ਆਪਾਂ। ਲੈ ਵੀ ਆਊਟਲੈਟਸ 'ਤੇ ਇੱਕ ਚੀਜ਼ ਹੋਰ ਵਧੀਆ ਹੁੰਦੀ ਆ ਵੀ ਆਪਾਂ ਨੂੰ ਕਾਫੀ ਵਧੀਆ ਡਿਸਕਾਊਂਟ ਮਿਲ ਜਾਂਦਾ ਹੈ। KFC ਵਗੈਰਾ, ਹਲਦੀਰਾਮ, ਕਾਫੀ ਕੁਛ ਇੱਥੇ ਮਤਲਬ ਖੁੱਲ੍ਹ ਚੁੱਕਿਆ ਹੈਗਾ। ਹਲਦੀਰਾਮ ਦੇ ਫੂਡ ਦੀ ਕੁਆਲਿਟੀ ਕਾਫੀ ਵਧੀਆ ਹੁੰਦੀ ਆ। ਲੈ ਵੀ ਆਪਾਂ ਵੀ ਇੱਧਰ ਉੱਧਰ ਚੱਲ ਫਿਰ ਕੇ ਟਹਿਲ ਕੇ ਪੂਰਾ ਇੰਜੋਏ ਕਰ ਰਹੇ ਹਾਂ। ਆਹ
ਅਜਿਹਾ ਤਾਂ ਆਪਾਂ ਬਰਡ ਪਾਰਕ ਦੇ ਵਿੱਚ ਵੇਖ ਕੇ ਆਏ ਸੀ, ਜੇ ਤੁਹਾਨੂੰ ਲਾਸਟ ਵਲੌਗਸ ਵਿੱਚ ਯਾਦ ਹੋਵੇ, ਚੰਡੀਗੜ੍ਹ ਬਰਡ ਪਾਰਕ ਚੰਡੀਗੜ੍ਹ ਵੇਖ ਕੇ ਆਏ ਸੀ। ਉੱਥੇ ਪੈਰਟਸ ਨੇ ਤਾਂ ਵਾਕਈ ਮਨ ਮੋਹ ਲਿਆ ਸੀ, ਬਹੁਤ ਘੈਂਟ ਸੀ। ਬੱਸ ਵਾਲਾ ਵੀ ਦੱਬੀ ਫਿਰਦਾ ਕੰਮ ਨੂੰ, ਖਿੱਚੀ ਫਿਰਦਾ, ਸਹੀ ਹੈ। ਫਿਰ ਲਓ ਜੀ ਆਪਾਂ ਪਿਛਲੇ ਪਾਸੇ ਦੀ ਕਰ ਲਈ ਐਂਟਰੀ, ਅਤੇ ਆ ਜਾਓ ਦੇਖਦੇ ਹਾਂ ਅੰਦਰ ਕੀ ਕੀ ਬਣਿਆ ਹੋਇਆ। ਹੋਰ ਗੱਲਾਂ ਦੀਆਂ ਗੱਲਾਂ, ਮੈਨੂੰ ਲੱਗਦਾ ਵੀ ਬੱਚੇ ਬਹੁਤ ਇੰਜੋਏ ਕਰ ਰਹੇ ਆ। ਪਿਛਲੇ ਪਾਸੇ ਕਾਫੀ ਓਪਨ ਏਰੀਆ ਬਣਾਇਆ ਗਿਆ, ਟ੍ਰੇਨਸ ਵਗੈਰਾ ਇੱਧਰ ਪਾਰਕ ਕੀਤੀਆਂ ਹੋਈਆਂ ਨੇ, ਡਬਲ ਡੈਕਰ ਬੱਸ ਵੀ ਇੱਧਰ ਆ। ਕਿਉਂਕਿ ਬੱਚਿਆਂ ਦੇ ਫਿਰ ਚਲੋ, ਵੈਸੇ ਮੋਲਸ ਵਗੈਰਾ ਦੇ ਵਿੱਚ ਇੰਨੀ ਆਪਸ਼ਨ ਨਹੀਂ ਹੁੰਦੀ ਗੀ, ਲੈ ਵੀ ਜਿਵੇਂ ਆਪਾਂ ਟਰੈਂਡ ਦੀ ਗੱਲ ਕਰ ਰਹੇ ਹਾਂ ਵੀ ਟਰੈਂਡ ਜਿਹੜਾ ਹੈਗਾ ਉਹ ਓਪਨ ਦਾ ਆ ਚੁੱਕਿਆ ਹੈਗਾ। ਪਹਿਲਾਂ ਓਪਨ ਦਾ ਟਰੈਂਡ ਹੁੰਦਾ ਜੋ ਸੈਕਟਰ 17 ਸੀਗਾ ਚੰਡੀਗੜ੍ਹ ਦੇ ਵਿੱਚ, ਸੈਕਟਰ 17 ਤੋਂ ਹੁਣ ਵੀ ਆ, ਤਾਂ ਉਦੋਂ ਮੰਨਿਆ ਜਾਂਦਾ ਸੀ ਵੀ ਇੱਥੇ ਹਰ ਤਰ੍ਹਾਂ ਦੇ ਬ੍ਰਾਂਡ ਜਿਹੜੇ ਆ ਉਹ ਅਵੇਲੇਬਲ ਆ। ਅਤੇ ਸੈਕਟਰ 17 'ਚੋਂ ਮਤਲਬ ਸ਼ੋਪਿੰਗ ਕਰਨਾ ਜਾਂ ਉੱਥੇ ਘੁੰਮਣਾ ਟਹਿਲਣਾ ਮਤਲਬ ਇੱਕ ਬੜੀ ਵੱਡੀ ਗੱਲ ਹੁੰਦੀ ਸੀ। ਉਸ ਤੋਂ ਬਾਅਦ 'ਚੋਂ ਸੈਕਟਰ 17 ਦਾ ਜਿੰਨਾ ਰਸ਼ ਆ ਉਹ ਸਾਰਾ ਐਲਾਂਟੇ ਮੋਲ ਨੇ ਖਿੱਚ ਲਿਆ, ਮਤਲਬ ਓਪਨ ਤੋਂ ਇਨਡੋਰ ਵੱਲ ਨੂੰ ਚਲੇ ਗਏ। ਅਤੇ ਹੁਣ ਫਿਰ ਜਿਹੜਾ ਟਾਈਮ ਆ ਰਿਹਾ, ਜਿਵੇਂ ਆਪਾਂ ਇਹ ਆਊਟਲੈਟਸ ਵਗੈਰਾ ਦੇਖ ਰਹੇ ਹਾਂ, ਤਾਂ ਫਿਰ ਜਿਹੜਾ ਟਾਈਮ ਆ ਉਹ ਮੂਵ ਹੋ ਗਿਆ ਇਨਡੋਰ ਟੂ ਓਪਨ ਵੱਲੋਂ। ਤਾਂ ਹੁਣ ਸਾਰੇ ਜਣੇ ਓਪਨ ਦੇ ਵਿੱਚ ਹੀ ਮਤਲਬ ਸ਼ੋਪਿੰਗ ਕਰਨਾ, ਬੈਠਣਾ ਉੱਠਣਾ ਪਸੰਦ ਕਰਦੇ ਆ। ਮੋਸਟਲੀ ਆਪਾਂ ਵੀ ਜਿੰਨੇ ਰਿਜ਼ੋਰਟ ਦੇਖ ਰਹੇ ਹਾਂਗੇ, ਤਾਂ ਆਪਾਂ ਇਹ ਦੇਖ ਰਹੇ ਹਾਂ ਵੀ ਜਿਹੜੇ ਟੂਰਿਸਟ ਹੈਗੇ ਅਤੇ ਉਹ ਇਹਨਾਂ ਨੂੰ ਪਿੱਛੇ ਛੱਡ ਰਹੇ ਆ ਹੋਟਲਸ ਨੂੰ, ਤਾਂ ਉਹ ਰਿਜ਼ੋਰਟਸ ਵੱਲ ਨੂੰ ਜ਼ਿਆਦਾ ਮੂਵ ਹੋ ਰਹੇ ਆ। ਅਤੇ ਇਵੇਂ ਜਿਹੜੇ ਆਪਾਂ ਪਹਿਲਾਂ ਰੈਸਟੋਰੈਂਟ ਦੇਖਦੇ ਸੀਗੇ ਉਹ ਇਨਡੋਰ ਹੁੰਦੇ ਸੀ ਬਹੁਤ ਸਾਰੇ, ਅਤੇ ਹੁਣ ਜਿੰਨੇ ਵੀ ਰੈਸਟੋਰੈਂਟਸ ਖੁੱਲ੍ਹ ਰਹੇ ਆ, ਓਪਨ ਹੋ ਰਹੇ ਆ, ਕੈਫੇ, ਯੈਸ, ਤਾਂ ਉਹ ਸਾਰੇ ਜਿਹੜੇ ਹੈਗੇ ਹੈਗੇ ਉਹ ਓਪਨਲੀ ਹੀ ਓਪਨ ਏਰੀਆ ਦੇ ਵਿੱਚ ਹੀ ਹੋ ਰਹੇ ਹੈਗੇ, ਮਤਲਬ ਖੁੱਲ੍ਹੀ ਹਵਾ ਦੇ ਵਿੱਚ ਸਾਰੇ ਬਾਹਰ ਬਹਿਣਾ ਹੀ ਪਸੰਦ ਕਰ ਰਹੇ ਆ। ਅਤੇ ਹਾਂ, ਆਪਾਂ ਇੱਕੋ ਚੀਜ਼ ਹੋਰ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਵੀ ਜਿਵੇਂ ਇਨਡੋਰ ਕੈਫੇ ਸੀ ਜਿੰਨੇ, ਉਹ ਮੋਸਟਲੀ ਜਿਨ੍ਹਾਂ ਦੇ ਕੋਲ ਆਪਦੀ ਛੱਤ ਸੀ ਤਾਂ ਉਹਨਾਂ ਨੇ ਪਰਮਿਸ਼ਨਸ ਵਗੈਰਾ ਲੈ ਕੇ ਉਹਨਾਂ ਨੇ ਰੂਫ ਟੋਪ ਬਣਾ ਦਿੱਤੇ। ਕਿਉਂਕਿ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਜਿਹੜਾ ਟ੍ਰੈਂਡ ਹੈਗਾ ਉਹ ਓਪਨ ਦਾ ਅਤੇ ਆਊਟਡੋਰ ਦਾ ਸੈੱਟ ਹੋ ਚੁੱਕਿਆ ਹੈ। ਖੈਰ ਦੇਖੋ, ਟਾਈਮ ਟੂ ਟਾਈਮ ਹਰ ਚੀਜ਼ ਬਦਲਦੀ ਰਹਿੰਦੀ ਹੈਗੀ, ਅਤੇ ਉਸੇ ਤਰ੍ਹਾਂ ਆਪਣੇ ਸ਼ੌਂਕ ਵੀ ਬਦਲਦੇ ਰਹਿੰਦੇ ਆ।
ਅਤੇ ਨਵੇਂ ਨਵੇਂ ਟਰੈਂਡ ਆ ਜਿਹੜੇ ਸੈੱਟ ਹੁੰਦੇ ਰਹਿੰਦੇ ਆ। ਚਲੋ ਆਪਾਂ ਇਸ ਡਿਸਕਸ਼ਨ ਦੇ ਵਿੱਚ ਬਾਹਲਾ ਨਹੀਂ ਪੈਂਦੇ ਕਿ ਫਿਲਹਾਲ ਦੇਖ ਰਹੇ ਹਾਂ ਵੀ ਜਿਹੜੇ ਬੱਚੇ ਆ ਖੂਬ ਮਸਤੀ ਮਾਰ ਰਹੇ ਆ, ਮਤਲਬ ਬੱਚੇ ਪੂਰਾ ਇੰਜੋਏ ਕਰ ਰਹੇ ਆ। ਲੈ ਕਿਆ ਬਾਤ ਆਈ। ਹੁਣ ਇਹਦੇ ਲਈ ਆਪਾਂ ਦੋ ਸ਼ਬਦ ਬੋਲਣਾ ਚਾਹੀਏ ਤਾਂ ਮੈਂ ਕੀ ਬੋਲ ਸਕਦਾ। ਖੈਰ ਇਹ ਕਹਿ ਸਕਦੇ ਵੀ ਸੈਲਫੀ ਕਰਾਉਣ ਲਈ ਜਾਂ ਯਾਦਗਾਰੀ ਪਲਾਂ ਦੀ ਇੱਕ ਫੋਟੋ ਕਲਿੱਕ ਕਰਨ ਦੇ ਲਈ ਇਹ ਜਿਹੜੀ ਬਹੁਤ ਸੋਹਣੀ ਲੁੱਕ ਆ ਰਹੀ ਹੈ ਪਿੱਛੋਂ, ਅਤੇ ਇੱਥੇ ਆਪਾਂ ਫੋਟੋ ਕਲਿੱਕ ਕਰਾ ਸਕਦੇ ਹਾਂਗੇ। ਦੇਖੋ ਹਰ ਚੀਜ਼ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਮਤਲਬ ਤੁਸੀਂ ਕਹਿ ਲਓ ਵੀ ਲੁੱਕ ਦਿੱਤੀ ਹੋਈ ਆ, ਅਤੇ ਬੋਰਡ ਲੱਗਾ ਹੋਇਆ ਜਿਹੜਾ ਮੇਨ ਰੋਡ ਦੇ ਉੱਤੇ ਜਿੱਥੋਂ ਆਪਾਂ ਨੂੰ ਸਾਰੇ ਸਟੋਰਸ ਬਾਰੇ ਨੌਲੇਜ ਮਿਲਦੀ ਆ। ਲਓ ਜੀ ਰਾਤ ਦਾ ਜਿਹੜਾ ਵਿਊ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਖੈਰ ਬਹੁਤ ਘੈਂਟ ਬਣਿਆ ਹੋਇਆ ਹੈਗਾ, ਰਾਤ ਨੂੰ ਤਾਂ ਹੋਰ ਵੀ ਸੋਹਣਾ ਲੱਗ ਰਿਹਾ। ਈਸਟਵੁੱਡ ਵਿਲੇਜ ਲੈ ਵੀ ਪੈਰਾਮਿਡ ਵੀ ਇੱਥੇ ਓਪਨ ਹੋ ਚੁੱਕਿਆ ਹੈ, ਕਿਆ ਬਾਤ ਆ। ਅਤੇ ਮੈਂ ਤੁਹਾਨੂੰ ਫਿਰ ਦੱਸ ਦਿੰਦਾ ਵੀ ਜਿਹੜਾ ਅੰਮ੍ਰਿਤਸਰ ਜਲੰਧਰ ਰੋਡ ਹੈਗਾ, ਜਲੰਧਰ ਤੋਂ ਆਪਾਂ ਬਾਹਰ ਨੂੰ ਨਿਕਲਦੇ ਹਾਂ, ਤੁਸੀਂ ਕਹਿ ਲਓ ਲੁਧਿਆਣਾ ਸਾਈਡ ਨੂੰ ਜਾਂਦੇ, ਫਗਵਾੜਾ ਸਾਈਡ ਨੂੰ, ਤਾਂ ਇਹ ਲੈਫਟ ਹੈਂਡ ਸਾਈਡ 'ਤੇ ਹਵੇਲੀ ਰੰਗਲਾ ਪੰਜਾਬ ਕ੍ਰੋਸ ਕਰਨ ਦੇ ਨਾਲ ਹੀ ਆ ਜਾਂਦਾ ਹੈਗਾ, ਜ਼ਿਆਦਾ ਬਾਹਰ ਨਹੀਂ ਨਿਕਲਣਾ ਪੈਂਦਾ। ਚਲੋ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਅਤੇ ਨਵੇਂ ਵਲੌਗ ਦੇ ਨਾਲ। ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ, ਹੋ ਸਕੇ ਤਾਂ ਸ਼ੇਅਰ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।